बीती रात हुई जोरदार बेमौसमी बरसात से किसानों के चेहरे मुरझा गए हैं। बच्चों की तरह पाले हुई फसल के नुकसान होने की चिंता किसानों को सता रही है। बीती रात हुई बारिश से जहां किसानों की फसल गिर गई है, वहीं पकी हुई गीली होने से अब उसे सूखने में ज्यादा समय लगेगा। इस संबंध में किसानों ने पंजाब सरकार से नुकसानी फसल के लिए मुआवजे की मांग की है। इसी तरह का मंजर जिला मोगा में भी देखने को मिला, जहां बेमौसमी बारिश ने किसानों के चेहरों का रंग उड़ा दिया है। बारिश के कारण किसानों की पकी हुई गेहूं की फसल खेतों में बिछ गई है, जिस कारण किसान मायूस नजर आ रहे हैं। ਮੇਰਾ ਨਾਮ ਹੈ ਦਰਸ਼ਨ ਸਿੰਘ। ਕਿਹੜੇ ਪਿੰਡ ਦੇ ਰਹਿਣ ਵਾਲੇ? ਰੌਲੀ। ਬਾਈ ਜੀ, ਅੱਜ ਬਾਰਿਸ਼ ਹੋਈ ਆ, ਫਸਲਾਂ ਦਾ ਕਿੰਨਾ ਕੁ ਨੁਕਸਾਨ ਆ ਜਿਹੜਾ? ਨੁਕਸਾਨ ਹੁਣ ਤਾਂ ਜੀ 30% ਦੇ ਸਾਡੇ ਸਾਡੇ ਤਾਂ ਹੋਇਆ ਵੀ ਆ, ਤੇ ਇਹ ਉੱਪਰ ਹੀ ਆ, ਹੋ ਸਕਦਾ ਵੱਧ ਵੀ ਹੋ ਸਕਦਾ ਜੀ। ਕਿੰਨੀ ਕੁ ਬਾਰਿਸ਼ ਪਈ ਆ ਜੀ? ਅੱਜ ਬਾਰਿਸ਼ ਪੂਰੀ ਹੋਈ ਪਈ ਹੈ, ਸ਼ਾਹੀ ਰਾਤ ਦਾ ਪਈ ਜਾਂਦਾ ਜੀ। ਪੱਕੀਆਂ ਫਸਲਾਂ ਕਿਹੜੀਆਂ ਕਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਤੁਹਾਡਾ? ਕਣਕਾਂ ਦਾ ਅਸਲ ਜੀ ਤਾਂ ਜ਼ਿਆਦਾ ਕਣਕ ਹੀ ਬੀਜਦੇ ਜੀ ਆਪਣੇ ਸਾਡੇ ਏਰੀਏ 'ਚ, ਤਾਂ ਕਣਕ ਦਾ ਹੀ ਜ਼ਿਆਦਾ ਨੁਕਸਾਨ ਆ, ਸਰੋਂ ਵੱਢ ਕੇ। ਬਾਈ ਜੀ, ਬਾਰਿਸ਼ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਤੁਹਾਡਾ ਹੋਇਆ ਖੇਤ ਕਣਕ ਦੀ ਫਸਲ ਦਾ? ਕਣਕ ਦੀ ਫਸਲ ਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਾਰਿਸ਼ ਦੇ ਨਾਲ ਹਵਾ ਬਹੁਤ ਚੱਲੀ ਆ, ਜਿਹੜੀ ਕਣਕ ਜਮ੍ਹਾਂ ਵਹਿ ਚੁੱਕੀ ਹੈ। ਨਾ ਸੋਹਣ ਸਿੰਘ ਜੀ, ਕੀ ਗੱਲ ਹੋਈ ਹੈ ਜੀ? ਇਹ ਜੀ ਮਤਲਬ ਬਾਰਿਸ਼ ਹੋਣ ਕਾਰਨ ਦੇ ਵਿੱਚ ਮਤਲਬ ਕਣਕਾਂ ਜਿਹੜੀਆਂ ਨੇ ਸਾਰੀਆਂ ਡਿੱਗ ਪਈਆਂ ਨੇ, ਤੇ ਕਣਕਾਂ ਦੇ ਸੱਤਿਆ ਹੀ ਨਾਸ ਹੋ ਗਿਆ, ਤੇ ਜ਼ਿਮੀਂਦਾਰ ਜਿਹੜੇ ਉਹ ਨਾ ਤੇ ਰੋਟੀ ਖਾ ਕੇ ਖੁਸ਼ ਨੇ ਤੇ ਨਾ ਕਣਕਾਂ ਲਵੇਖ ਕੇ ਖੁਸ਼ ਨੇ, ਤੇ ਜਿਹੜੀਆਂ ਲਿਮਟਾਂ ਲੁੰਟਾਂ ਬਣੀਆਂ ਨੇ ਉਹ ਵੀ ਤੇ ਅਸੀਂ ਖਾ ਕੇ ਪਹਿਲਾਂ ਚੁੱਕ ਕੇ ਖਾਧੀਆਂ ਨੇ, ਤੇ ਜਿਹੜੇ ਚਿਹਰੇ ਨੇ ਸਾਡੇ ਇਹਦੇ ਆਪਣੇ ਖੇਤੀਬਾੜੀ ਵਾਲਿਆਂ ਦੇ ਉਹ ਮਤਲਬ ਸਾਰੇ ਮਤਲਬ ਚਿਹਰੇ ਜਿਹੜੇ ਉਹ ਖਤਮ ਜੇ ਹੋਏ ਨੇ, ਤੇ ਕਣਕਾਂ ਵੇਖਣ ਨੂੰ ਜਾਣ ਨੂੰ ਜੀ ਨਹੀਂ ਜੇ ਕਰਦਾ। ਇਹ ਆ ਵੀ ਅਸੀਂ ਸਰਕਾਰ ਗਾੜੀ ਇਹੋ ਹੀ ਮੰਗ ਕਰਦੇ ਹਾਂ ਵੀ ਇਹਦਾ ਸਾਨੂੰ ਕੁਛ ਦਾ ਕੁਛ ਮਤਲਬ 100 ਦੇ ਵਿੱਚੋਂ 80% ਜਿਹੜੀ ਕਣਕ ਆ 85 ਹੋਈ ਆ, ਇਹਦੇ ਵਿੱਚੋਂ ਸਾਨੂੰ ਕੁਛ ਦਾ ਕੋਈ ਮੁਆਵਜ਼ਾ ਤੇ ਦਿੱਤਾ ਜਾਵੇ। ਜੀ ਸਰ, ਤੁਸੀਂ ਸਾਡੇ ਜੋ ਵੀ ਇਲਾਕੇ ਦਾ ਪਿੰਡ ਦਾ ਹਾਲ ਤੁਸੀਂ ਵੇਖ ਹੀ ਆਏ ਜੇ ਵੀ ਕਿੱਦਾਂ ਫਸਲਾਂ ਦੀ ਤਬਾਹੀ ਹੋਈ ਆ, ਜੋ ਵੀ ਪੈਲੀਆਂ ਦੇ ਵਿੱਚ ਜਿੰਨੀ ਵੀ ਫਸਲ ਆ, ਜੋ ਪੱਠੇ ਆ ਜਾਂ ਕਣਕ ਆ, ਤੇ ਉਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ, ਤੇ ਕਿਸਾਨ ਤੇ ਪਹਿਲਾਂ ਹੀ ਬੜੇ ਡੁੱਬੇ ਨੇ, ਤੇ ਇਹਨਾਂ ਨੇ ਆੜ੍ਹਤੀਆਂ ਕੋਲ ਲੈ ਕੇ ਪੈਸੇ ਤੇ ਚਾਰਿਆਂ ਨੇ ਆਪਣੀਆਂ ਫਸਲਾਂ ਦੇ ਲਾਏ ਆ, ਤੇ ਅੱਜ ਉਹਨਾਂ ਦਾ ਜੋ ਕੁਝ ਵੀ ਸਾਰਾ ਤਬਾਹ ਹੋ ਗਿਆ। ਇਹ ਕਰਕੇ ਸਰਕਾਰ ਗੜੀ ਹੱਥ ਜੋੜ ਕੇ ਇਹੋ ਬੇਨਤੀ ਕਰਦੇ ਆ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਤੇ ਆਣ ਕੇ ਉਹਨਾਂ ਦਾ ਕੋਈ ਨਾ ਕੋਈ ਹੈਲਪ ਕੀਤੀ ਜਾਵੇ। ਯੈਸ ਕਰ ਦਿਓ। ਦਰਸ਼ਕ, ਤੁਸੀਂ ਵੇਖਿਆ ਜੀ ਕਣਕਾਂ ਦਾ ਜੋ ਹਾਲ ਹੋਇਆ, ਬੇਮੌਸਮੀ ਬਾਰਿਸ਼ ਹੋਈ ਨਾਲ ਗੜੇਬਾਰੀ ਬਹੁਤ ਜ਼ਿਆਦਾ ਹੋ ਗਈ, ਕਿ ਕਣਕਾਂ ਸਾਰੀਆਂ ਕਣਕਾਂ ਜੋ ਵੀ ਜਿੰਨੀਆਂ ਫਸਲਾਂ ਸਭ ਬਰਬਾਦ ਹੋ ਗਈਆਂ, ਅਤੇ ਅਸੀਂ ਤਾਂ ਅੱਗੇ ਜ਼ਿਮੀਂਦਾਰ ਜਿਹੜੇ ਹੈਗੇ ਆ ਸਾਰੇ ਸਰਕਾਰ ਦੇ ਕਰਜ਼ਾਈ ਹਾਂ, ਤੋ ਅੱਗੇ ਕਰਜ਼ੇ ਬਹੁਤ ਜ਼ਿਆਦਾ ਨੇ, ਇਹ ਵੀ ਸਾਡੇ ਨਾਲ ਬਹੁਤ ਧੱਕਾ ਹੋ ਗਿਆ, ਜਿੰਨਾ ਗੜਾਬਾਰੀ ਹੋ ਕੇ ਸਾਡੀਆਂ ਫਸਲਾਂ ਸਭ ਖਰਾਬ ਹੋ ਗਈਆਂ। ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਹਾਂ ਕਿ ਜੋ ਸਾਡੀਆਂ ਗਰਦੌਲੀਆਂ ਕਰਕੇ ਸਾਡੀ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ।